गीत हमारा
ਜੀਵਨ
ਮਿਲ ਜਾਣਾ ਕੁਝ ਹੋਰ ਗੱਲ ਹੈ, ਜੀਉ ਲੈਣਾ ਕੁਝ ਹੋਰ ਗੱਲ ਹੈ, ਜੀਵਨ ਮਿਲ ਗਿਆ ਜਿਉਣਾ ਨਹੀਂ ਆ ਰਿਹਾ। ਕਿਉਂ? ਕਿਉਂਕਿ ਜੀਵਨ ਲਈ ਵੀ ਕੋਈ ਜੁਗਤ ਚਾਹੀਦੀ ਸੀ, ਜੀਵਨ ਲਈ ਜੁਗਤ ਚਾਹੀਦੀ ਸੀ। ਬਲਕਿ ਗੁਰੂ ਨਾਨਕ ਨੇ ਅਗਲੀ ਲਾਈਨ ਅੰਦਰ ਇੱਕ ਐਗਜ਼ਾਮਪਲ ਦਿੱਤੀ, ਕਿਸਾਨ ਕੋਲੋਂ ਪੁੱਛ, ਬੜਾ ਸਧਾਰਨ ਜਿਹਾ ਕੰਮ ਸਮਝਣਾ ਚਾਹੁੰਦੇ ਕਿਸਾਨ, ਉਹਦੇ ਵਿੱਚ ਜੁਗਤ ਹੈ। ਹਾਲਾਂਕਿ ਅਸੀਂ ਸਮਝਦੇ ਹਾਂ ਵੀ ਜੋ ਧਾਨ ਜੋ ਫਸਲ ਪੈਦਾ ਕਰਨੀ ਹੋ ਤਾਂ ਧਰਤੀ ਨੇ ਕਰਨੀ, ਕਿਸਾਨ ਨੇ ਤਾਂ ਬੀਜ ਹੀ ਪਾਉਣਾ, ਜ਼ਿਆਦਾ ਤੋਂ ਜ਼ਿਆਦਾ ਪਾਣੀ ਦੇਣਾ, ਉਸ ਤੋਂ ਬਾਅਦ ਸੰਭਾਲ ਕਰਨੀ। ਪੈਦਾਵਾਰ ਜਿਹੜੀ ਹੈ ਉਹ ਤਾਂ ਨਿਰਭਰ ਹੈ ਧਰਤੀ 'ਤੇ। ਪਰ ਗੁਰੂ ਕਹਿੰਦੇ ਨੇ ਇੱਕ ਗੱਲ ਸਮਝਣ ਵਾਲੀ ਹੈ, ਕਿਸਾਨ ਨੂੰ ਇਹ ਵੀ ਯੁਕਤੀ ਹੋਣੀ ਚਾਹੀਦੀ ਹੈ ਵੀ ਕਿਸ ਧਰਤੀ ਵਿੱਚ ਕਿਹੜਾ ਬੀਜ ਪੈਣਾ। ਸਮਾਂ ਬਦਲ ਗਿਆ, ਹੁਣ ਤੇ ਬਹੁਤਾਤ ਕੰਮ ਯੂਨੀਵਰਸਿਟੀਆਂ ਨੇ ਆਪਣੇ ਹੱਥ ਲੈ ਲੈਣੇ, ਹੁਣ ਤਾਂ ਧਰਤੀ ਦੀ ਮਿੱਟੀ ਪਰਖ ਕੇ ਐਗਰੀਕਲਚਰ ਯੂਨੀਵਰਸਿਟੀਆਂ ਲਿਖ ਕੇ ਦੇ ਦਿੰਦੀਆਂ ਨੇ ਕਿ ਇਸ ਧਰਤੀ 'ਤੇ ਤੂੰ ਆਹ ਫਸਲ ਬੀਜ ਸਕਣਾ। ਇਹਦਾ ਮਤਲਬ ਪਹਿਲਾਂ ਹੁਣ ਨਾਲੋਂ ਕਿਸਾਨ ਜ਼ਿਆਦਾ ਸਿਆਣਾ ਸੀ, ਉਹ ਇਹ ਫੈਸਲਾ ਕਿਸੇ ਕੋਲੋਂ ਨਹੀਂ ਸੀ ਲੈਂਦਾ ਕਿ ਕਿਸ ਧਰਤੀ 'ਤੇ ਇਹ ਵੀ ਫਸਲ ਬੀਜਾਂ। ਮੇਰੇ ਇੱਥੇ ਗੱਲ ਨਹੀਂ, ਉਹਨੂੰ ਕਿਸਾਨ ਨੂੰ ਮੌਸਮ ਦਾ ਵੀ ਗਿਆਨ ਹੋਣਾ ਚਾਹੀਦਾ, ਕਿਸ ਮੌਸਮ ਵਿੱਚ ਕਿਹੜੀ ਫਸਲ ਬੀਜੇਗਾ। ਇਹਦਾ ਮਤਲਬ ਜੁਗਤੀ ਹੈ। ਗੁਰੂ ਨਾਨਕ ਨੇ ਵੀ ਉਹ ਗੱਲ ਆ ਕੇ ਕਹਿਣ ਲੱਗੇ, ਉਹ ਭਰਿਆ ਜੀ ਕਿਸਾਨ ਨੂੰ ਕੇਵਲ ਕਿਸਾਨੀ ਲਈ ਜੁਗਤ ਦੀ ਲੋੜ ਹੈ, ਤੇ ਤੈਨੂੰ ਜੀਵਨ ਲਈ ਕੋਈ ਯੁਕਤੀ ਦੀ ਲੋੜ ਨਹੀਂ। ਗੁਰੂ ਨਾਨਕ ਆਖਣ ਲੱਗੇ, ਜਨਮ ਤੈਨੂੰ ਮਿਲਿਆ ਹੈ ਇਹ ਵੀ ਧਰਤੀ ਹੈ, ਇਹਦੇ ਵਿੱਚ ਕੋਈ ਬੀਜ ਬੀਜਣਾ, ਇਹ ਵੀ ਧਰਤੀ ਹੈ, ਤੇ ਤੈਨੂੰ ਖਿਆਲ ਹੀ ਕੋਈ ਨਹੀਂ ਹੈ ਧਰਤੀ ਵਿੱਚ ਕਿਹੜਾ ਬੀਜ ਬੀਜਣਾ, ਕਿਹੜੀ ਰੁੱਤ ਵਿੱਚ ਬੀਜਣਾ। ਹਾਲਾਂਕਿ ਗੁਰੂ ਨਾਨਕ ਨੇ ਆਵਾਜ਼ ਦਿੱਤੀ, ਰੁੱਤ ਤੇ ਵੱਤ
ਵਾਤ ਮੈਂ ਇੱਕ ਵਾਰ ਕੀਤੀ ਸੀ, ਰੁੱਤ ਤੇ ਵਾਤ ਦੋ ਚੀਜ਼ਾਂ ਵੱਖਰੀਆਂ ਨੇ। ਰੁੱਤ ਰੱਬ ਵੱਲੋਂ ਆਉਂਦੀ, ਵੱਤ ਤੂੰ ਪੈਦਾ ਕਰਨੀ ਹੈ, ਧਰਤੀ ਨੂੰ ਸਾਧ ਕੇ ਵੱਤ ਪੈਦਾ ਕੀਤੀ ਜਾਏ। ਇਹਦਾ ਮਤਲਬ ਯੁਕਤੀ ਹੈ, ਬਿਨਾਂ ਯੁਕਤੀ ਤੋਂ ਕਿਰਸਾਣੀ ਨਹੀਂ। ਤੇ ਕਹਿਣ ਲੱਗੇ ਜੇ ਜੀਵਨ ਵੀ ਕਾਇਮ ਵੀ ਇੱਕ ਧਰਤੀ ਹੈ, ਇਹਦੇ ਵਿੱਚ ਵੀ ਕੋਈ ਕਿਰਸਾਣੀ ਹੈ। ਜਿਵੇਂ ਸ਼ਬਦ ਗੁਰੂ ਨਾਨਕ ਪਾਤਸ਼ਾਹ ਜੀ ਦਾ ਸੀ, ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਸੱਚ ਕੀ ਆਪ ਨਿਤ ਦੇ ਪਾਣੀ, ਹੋਏ ਕਿਰਸਾਨ ਇਮਾਨ ਜਮਾਇਲ ਹੈ ਪਿਛ ਦੋਜਕ ਮੁੰਡੇ। ਮਤ ਜਾਣ ਸਹਿ ਗੱਲੀ ਪਾਇਆ, ਗੱਲਾਂ ਨਾਲ ਕਿਰਸਾਨੀ ਨਹੀਂ ਹੁੰਦੀ। ਜੁਗਤੀ ਸਿੱਖ ਜੇ ਹਰ ਇੱਕ ਚੀਜ਼ ਲਈ ਜੁਗਤੀ ਦੀ ਲੋੜ ਹੈ, ਸੂਝ ਦੀ ਬੁੱਝਣ ਦੀ ਲੋੜ ਹੈ, ਤਾਂ ਲਓ ਇੱਥੇ ਵੀ ਇੱਕ ਸਵਾਲ ਖੜਾ ਕਰ ਦਿੱਤਾ। ਬੜਾ ਖੂਬਸੂਰਤ ਸਬਜੈਕਟ ਪਿਛਲੇ ਹਫ਼ਤੇ ਤੋਂ ਚੱਲਿਆ, ਉਹਦੇ ਨਾਲ ਹੀ ਮੇਲ ਖਾਂਦੇ ਇਸ ਵਾਰ ਦੇ ਸਲੋਕ ਨੇ। ਪਿਛਲੀ ਵਾਰ ਦੇ ਸਲੋਕ ਸਨ, ਜਿਉਂਦਿਆਂ ਮ੍ਰਿਤਕ ਹੋ ਜਾਣਾ, ਮੌਤ ਤੇ ਜੀਵਨ ਨੂੰ ਇਕੱਠਿਆਂ ਕਰ ਦੇਣਾ, ਜਿਉਂਦਿਆਂ ਮਨੁੱਖ ਮ੍ਰਿਤਕ ਹੋ ਜਾਏ, ਤੇ ਉਹਦੀ ਤਰਤੀਬ ਗੁਰੂ ਨੇ ਬੁਝਾ ਦਿੱਤੀ ਸੀ ਕਿ ਤਨ ਜਿਉਂਦਾ ਹੋਵੇ ਮਨ ਮਰ ਜਾਏ, ਕਿਉਂਕਿ ਤਨ ਤੇ ਮਨ ਦੋਨੋਂ ਆਪਸੀ ਸੰਬੰਧ ਰੱਖਦੇ ਨੇ, ਤੇ ਮਨ ਨੂੰ ਮਾਰਨ ਲਈ ਤਨ ਦਾ ਜਿਉਂਦਾ ਹੋਣਾ ਜ਼ਰੂਰੀ ਹੈ। ਜਿਸ ਵੇਲੇ ਤਨ ਮਰ ਗਿਆ, ਤਨ ਕਰਕੇ ਮਨੁੱਖ ਚਲਾ ਗਿਆ, ਫਿਰ ਉਸ ਤੋਂ ਬਾਅਦ ਮਨ ਨੂੰ ਕਿੰਨੇ ਮਾਰਨਾ, ਮਨ ਤੇ ਰਹਿਣਾ ਹੀ ਨਹੀਂ। ਬੁੱਝਣ ਵਾਲੀ ਗੱਲ, ਜਿਹਨੇ ਐਸਾ ਕਰ ਬੁੱਝਿਆ, ਜੁਗਤੀ ਜਾਣ, ਬੁੱਝਣ ਦਾ ਮਤਲਬ ਜੁਗਤੀ ਜਾਣ। ਕਹਿਣ ਲੱਗੇ ਸਵਾਲ ਬੜਾ ਅਜੀਬ ਹੈ ਕਿ ਜਿਉਂਦਿਆਂ ਮਰ ਜਾਣਾ ਇਹ ਕੌਣ ਜਾਣੇ, ਇਹ ਵੀ ਬੁੱਝਣ ਦੀ ਲੋੜ ਹੈ, ਸਮਝਣ ਦੀ ਲੋੜ ਹੈ। ਤੇ ਫੈਸਲਾ ਦਿੱਤਾ ਸਾਨੇ ਕਿ ਉਹ ਹੈ ਮਨੁੱਖ ਦਾ ਜਿਉਂਦਿਆਂ ਹੋਇਆ ਆਪਣੀ ਹੋਂਦ ਖਤਮ ਕਰਨਾ। ਅੰਦਰ ਬੈਠੀ ਹੋਈ ਹੋਂਦ ਜਿਹੜੀ ਹੈ ਉਹਨੂੰ ਮਿਟਾ ਦੇਣਾ, ਉਹ ਹੈ ਜੀਵਤ ਮ੍ਰਿਤਕ ਹੋਏ। ਹੁਣ ਇਸ ਵਾਰ ਅਗਲੇ ਸਲੋਕ ਚੱਲ ਪਏ, ਉਹਦੇ ਵਿੱਚ ਸਬਜੈਕਟ ਉਹ ਹੀ ਆ ਰਿਹਾ। ਕਹਿਣ ਲੱਗੇ ਬੁੱਝਣ ਦੀ ਸਮਝਣ ਦੀ ਲੋੜ ਇਹ ਹੈ ਕਿ ਜਿਉਂਦਿਆਂ ਮ੍ਰਿਤਕ ਕਿਵੇਂ ਹੋਣਾ ਹੈ। ਤਨ ਵਿੱਚ ਜਿਉਂਦਿਆਂ ਹੋਇਆ ਅੰਦਰਲੀ ਹੋਂ ਕਿਵੇਂ ਖਤਮ ਕਰਨੀ, ਇਸ ਵਾਰ ਬਾਬਾ ਕਬੀਰ ਜੀ ਨੇ ਰੱਖੇ। ਲੋ ਆਹ ਹੈ ਜੁਗਤੀ,
ਇਸ ਜੁਗਤੀ ਨੂੰ ਸਮਝਿਆ ਕਿ ਸਾਰੇ ਸੰਸਾਰ ਨਾਲੋਂ ਹਿਰਦੇ ਵਿੱਚ ਇੱਕ ਖਿਆਲ ਆ ਗਿਆ, ਜਦੋਂ ਮਨ ਮਰ ਜਾਂਦਾ ਨਾ, ਜਦੋਂ ਅੰਦਰੋਂ ਹੋਂ ਮਰ ਜਾਂਦੀ ਹੈ, ਉਦੋਂ ਕੀ ਨਿਸ਼ਾਨੀ ਹੁੰਦੀ ਹੈ ਕਿ ਮਨੁੱਖ ਸਮਝਦਾ ਨਹੀਂ ਮੈਂ ਹੀ ਸਭ ਤੋਂ ਬੁਰਾ, ਆਪਣੀਆਂ ਬੁਰਾਈਆਂ ਮਨੁੱਖ ਨੂੰ ਦਿਸਣ ਲੱਗ ਪੈਂਦੀ ਹੈ। ਹੁਣ ਕੀ ਹੈ, ਮਨੁੱਖ ਨੂੰ ਆਪਣੀਆਂ ਚੰਗਿਆਈਆਂ ਦਿਸਦੀਆਂ ਨੇ, ਦੂਜੇ ਦੀਆਂ ਬੁਰਾਈਆਂ ਦਿਸਦੀਆਂ ਨੇ, ਦੂਜੇ ਦੇ ਔਗਣਾਂ ਵੱਲ ਦੇਖਦਾ, ਉਹਨਾਂ ਦੀ ਗਿਣਤੀ ਕਰਦਾ, ਆਪਣੇ ਗੁਣ ਹੀ ਗੁਣ ਇਸ ਨੂੰ ਦਿਸਦੇ। ਤੇ ਗੁਰੂ ਕਹਿੰਦੇ ਜਿਸ ਦਿਨ ਇਹ ਬੁੱਝ ਲੈਂਦਾ ਕਿ ਜੀਵਤ ਮ੍ਰਿਤਕ ਕਿਵੇਂ ਹੋਣਾ ਹੈ, ਉਸ ਦਿਨ ਇਹਦਾ ਸੋਚਣ ਦਾ ਮਿਆਦ ਬਦਲ ਜਾਂਦਾ। ਕਬੀਰ ਸਭ ਤੇ ਹਮ ਬੁਰੇ, ਫਿਰ ਇਹ ਕਹਿਣ ਲੱਗ ਪੈਂਦਾ ਉਹਦੀ ਸੋਚ ਇੱਥੇ ਆ ਖੜੀ ਹੁੰਦੀ। ਹੁਣ ਗਰਬਾਂ ਵਿੱਚ ਹੱਥ ਮਾਰੀਏ, ਜਿੰਨੇ ਅੱਜ ਦੇ ਇਖਤਲਾਫ ਜਿੰਨੇ ਝਗੜੇ ਨੇ ਉਹ ਇੱਥੇ ਨਹੀਂ ਖੜੇ ਕਿ ਮਨੁੱਖ ਨੇ ਕਦੀ ਆਪਣੀ ਬੁਰਾਈ ਆਪਣੇ ਨਿਗਾਹ ਆਪਣੇ ਪੀੜ੍ਹੀ ਥੱਲੇ ਸੋਟਾ ਨਹੀਂ ਫੇਰਿਆ। ਪਰ ਗੁਰੂ ਆਖ ਰਹੇ ਐਗਜ਼ਾਂਪਲ ਵਜੋਂ ਯਾਦ ਆਈ ਸ਼ੇਖ ਸਾਹਿਬ ਦੀ, ਈਰਾਨ ਦਾ ਰਾਈਟਰ ਹੋਇਆ, ਬੜੀਆਂ ਖੂਬਸੂਰਤ ਐਗਜ਼ਾਂਪਲ ਉਸਨੇ ਜੀਵਨ ਦੇ ਹਰ ਪਹਿਲੂ ਦੇ ਸੰਬੰਧ ਵਿੱਚ ਦਿੱਤੀਆਂ ਨੇ। ਉਹਦੀ ਪੁਸਤਕ ਹੈ ਗੁਲਿਸਤਾਂ ਬੋਸਤਾਂ, ਉਹਦੇ ਵਿੱਚ ਇੱਕ ਥਾਂ ਤੇ ਉਹ ਬੜੀ ਸੁੰਦਰ ਐਗਜ਼ਾਂਪਲ ਦਿੰਦਾ। ਉਹ ਕਹਿੰਦਾ ਕੋਈ ਫਕੀਰ ਕਿਸੇ ਮਸਜਿਦ ਵਿੱਚ ਮਸੀਤ ਵਿੱਚ ਠਹਿਰਿਆ ਹੋਇਆ ਸੀ, ਫਕੀਰ ਸੀ, ਮਸੀਤ ਵਿੱਚ ਰਹਿੰਦਾ ਸੀ, ਇਬਾਦਤ ਕਰਨੀ, ਮੰਗ ਕੇ ਲੈ ਆਉਣਾ, ਖਾ ਲੈਣਾ, ਫਕੀਰਾਂ ਦਾ ਕੰਮ ਸੀ, ਘਰਾਂ ਤੋਂ ਮੰਗ ਕੇ ਲੈ ਆਉਣਾ, ਖਾਣਾ ਤੇ ਇਬਾਦਤ ਕਰਨਾ। ਕੁਛ ਦਿਨਾਂ ਬਾਅਦ ਉਸ ਮਸਜਿਦ ਦੇ ਜ਼ਿੰਮੇਵਾਰ ਲੋਕ, ਪ੍ਰਬੰਧਕ ਲੋਕ ਕਿਤੇ ਮਸੀਤੇ ਆਏ, ਵੇਖ ਕੇ ਕਿ ਸਫਾਈ ਕੋਈ ਨਹੀਂ, ਸਫਾਈ ਕੋਈ ਨਹੀਂ, ਕਿ ਲੱਗੇ ਫਕੀਰ ਮਸੀਤ ਵਿੱਚ ਰਹਿੰਦਾ, ਤੈਨੂੰ ਇਹ ਖਿਆਲ ਨਹੀਂ ਜਿੱਥੇ ਰਹੀਏ ਉੱਥੋਂ ਦੀ ਸਫਾਈ ਵੀ ਜ਼ਿੰਮੇਵਾਰੀ ਹੁੰਦੀ ਹੈ। ਫਕੀਰ ਨੂੰ ਬੁਲਾਇਆ, ਸ਼ੇਖ ਸਾਦੀ ਲਿਖਦਾ, ਉਹਨਾਂ ਫਕੀਰ ਨੂੰ ਬੁਲਾਇਆ ਤੇ ਕਹਿਣ ਲੱਗੇ ਫਕੀਰ ਸਾਹਿਬ ਤੂੰ ਇੱਥੇ ਰਹਿਣਾ ਹੈ, ਤੈਨੂੰ ਟਿਕਾਣਾ ਮਿਲਿਆ ਹੋਇਆ ਤੇ ਜਿੱਥੇ ਰਹੀਏ ਉੱਥੋਂ ਦੀ ਸਫਾਈ ਵੀ ਜ਼ਿੰਮੇਵਾਰੀ ਹੁੰਦੀ ਹੈ। ਆਹ ਦੇਖ ਕਿੰਨੀ ਕਿੰਨੀ ਮਿੱਟੀ ਚੜੀ ਹੋਈ ਹੈ, ਨਜ਼ਰ ਆਉਂਦਾ ਤੂੰ ਕਦੇ ਇੱਥੇ ਝਾੜ ਚੜ੍ਹ, ਕਦੇ ਝਾੜੂ ਨਹੀਂ ਫੇਰਿਆ। ਖੁਦਾ ਦੇ ਘਰ ਵਿੱਚ ਇਸ ਤਰ੍ਹਾਂ ਚੜੀ ਹੋਈ ਮਿੱਟੀ ਚੰਗੀ ਨਹੀਂ ਲੱਗਦੀ, ਖੁਦਾ ਦੇ ਘਰ ਵਿੱਚ ਮਿੱਟੀ ਚੰਗੀ ਨਹੀਂ ਲੱਗਦੀ, ਸਫਾਈ ਕਰਿਆ। ਫਕੀਰ ਨੇ ਸੁਣ ਲਿਆ, ਖਾਮੋਸ਼ ਰਿਹਾ, ਸੁਣ ਲਈ ਸਾਰੀ ਗੱਲ,
ਪ੍ਰਬੰਧਕ ਕਹਿ ਕੇ ਤੁਰ ਗਏ। ਦੋ ਚਾਰ ਦਿਨ ਬਾਅਦ ਫਿਰ ਆਏ ਪ੍ਰਬੰਧਕ, ਉਹਨਾਂ ਸੋਚਿਆ ਵੀ ਫਕੀਰ ਨੇ ਹੁਣ ਮਸਜਿਦ ਦੀ ਸਫਾਈ ਕਰ ਦਿੱਤੀ ਹੋਵੇਗੀ, ਪਰ ਆ ਕੇ ਕੀ ਵੇਖਿਆ ਉੱਥੇ ਫਕੀਰ ਕੋਈ ਨਹੀਂ, ਫਕੀਰ ਕੋਈ ਨਹੀਂ। ਮਿੱਟੀ ਉਸੇ ਤਰ੍ਹਾਂ ਪਈ, ਕੋਈ ਸਫਾਈ ਨਹੀਂ ਹੋਈ। ਫਕੀਰ ਮਸੀਤ ਛੱਡ ਕੇ ਚਲਾ ਗਿਆ, ਉਹ ਨਹੀਂ ਇੱਥੇ। ਇਸਦਾ ਮਤਲਬ ਫਕੀਰ ਨੂੰ ਸਾਡੀ ਸਫਾਈ ਵਾਲੀ ਗੱਲ ਚੰਗੀ ਨਹੀਂ ਲੱਗੀ, ਬਜਾਏ ਇਸ ਗੱਲ ਦੇ ਕਿ ਖੁਦਾ ਦੇ ਘਰ ਦੀ ਸਫਾਈ ਕਰਦਾ ਮਸੀਤ ਛੱਡ ਕੇ ਤੁਰ ਗਏ। ਸ਼ੇਖ ਸਾਦੀ ਕਹਿੰਦੇ ਕੁਛ ਦਿਨਾਂ ਬਾਅਦ ਅਚਾਨਕ ਉਹਨਾਂ ਨੂੰ ਰਾਹ ਜਾਂਦੇ ਰਾਹੇ ਬਾਜ਼ਾਰ ਵਿੱਚ ਉਹ ਫਕੀਰ ਫਿਰ ਮਿਲ ਪਿਆ ਪ੍ਰਬੰਧਕਾਂ ਨੂੰ। ਉਹਨਾਂ ਨੇ ਰੋਕਿਆ, ਫਕੀਰ ਸਾਹਿਬ ਤੂੰ ਮਸੀਤੇ ਰਹਿੰਦਾ ਸੀ, ਅਸੀਂ ਆਏ ਅਤੇ ਤੈਨੂੰ ਉੱਥੋਂ ਦੀ ਸਫਾਈ ਕਰਨ ਲਈ ਆਖਿਆ ਕਿ ਮਿੱਟੀ ਖੁਦਾ ਦੇ ਘਰ ਵਿੱਚ ਚੰਗੀ ਨਹੀਂ ਲੱਗਦੀ, ਸਫਾਈ ਕਰਿਆ ਕਰ, ਅਤੇ ਤੂੰ ਮਸੀਤ ਹੀ ਛੱਡ ਕੇ ਤੁਰ ਗਿਆ। ਫਕੀਰ ਨੇ ਜਿਹੜਾ ਜਵਾਬ ਦਿੱਤਾ ਉਹ ਸ਼ੇਖ ਸਾਦੀ ਲਿਖਦਾ, ਕਹਿਣ ਲੱਗਾ ਭਲਿਓ ਤੁਸੀਂ ਮੈਨੂੰ ਇਹ ਗੱਲ ਕਹਿ ਕੇ ਚਲੇ ਗਏ ਕਿ ਖੁਦਾ ਦੇ ਘਰ ਵਿੱਚ ਮਿੱਟੀ ਚੰਗੀ ਨਹੀਂ ਲੱਗਦੀ, ਸਫਾਈ ਚਾਹੀਦੀ। ਮੈਂ ਜਦੋਂ ਨਿਗਾਹ ਮਾਰੀ ਤੇ ਮੈਂ ਇਹ ਦੇਖਿਆ ਕਿ ਸਾਰਿਆਂ ਨਾਲੋਂ ਮਾੜੀ ਮਿੱਟੀ ਮੇਰੀ, ਮੈਂ ਵੀ ਤਾਂ ਮਿੱਟੀ ਦਾ ਬਣਿਆ ਹੋਇਆ, ਮੈਂ ਵੀ ਤਾਂ ਮਿੱਟੀ ਦਾ ਬਣਿਆ ਹੋਇਆ ਤੇ ਸਾਰਿਆਂ ਨਾਲੋਂ ਮਾੜੀ ਮਿੱਟੀ ਮੇਰੀ ਹੈ ਜਿਹੜੀ ਗੁਨਾਹਾਂ ਦੀ ਭਰੀ ਹੋਈ ਹੈ, ਪਾਪਾਂ ਦੀ ਵਿਕਾਰਾਂ ਦੀ ਭਰੀ ਹੋਈ, ਜਿਹੜੀ ਭੈੜੇ ਵਿਚਾਰਾਂ ਦੀ ਭਰੀ ਹੋਈ ਹੈ। ਗੁਰੂ ਨੇ ਬਾਣੀ ਵਿੱਚ ਵੀ ਆਖਿਆ, ਕਹਿਣ ਲੱਗੇ ਮਨੁੱਖ ਦੀ ਇਹੋ ਹਾਲਤ ਹੈ, ਜਿਵੇਂ ਮਿੱਟੀ ਨੂੰ ਧੋ ਧੋ ਕੇ ਸਾਫ ਨਹੀਂ ਕੀਤਾ ਜਾ ਸਕਦਾ, ਇਸੇ ਤਰ੍ਹਾਂ ਮਨੁੱਖ ਦਾ ਜੀਵਨ ਜਿਹੜਾ ਇਹਨੂੰ ਮੈਂ ਕਿੰਨਾ ਕੁ ਧੋਵਾਂ। ਹਾਲਾਂਕਿ ਗੁਰੂ ਨੇ ਤਰੀਕਾ ਬਖਸ਼ਿਆ, ਅਵਸਾਇ ਉਹ ਫਰਕ ਹੈ ਗੁਰਮਤ ਦਾ, ਗੁਰੂ ਦੇ ਆਪਾਂ ਰੋਜ਼ ਪੜ੍ਹਨੇ ਆ, ਪਰ ਇਹ ਹੱਥ ਪੈਰ ਤਣ ਦੇ ਪਾਣੀ ਦੋਤੇ ਤਰਸਖੇ ਮੂਹ ਪ੍ਰੀਤੀ ਕੱਪੜ ਹੋਏ ਦੇ ਸਾਬੂਨ ਲਈ ਆ ਤੋਹੇ, ਪਰ ਇਹ ਮਤ ਪਾਪਾ ਕੇ ਸੰਗ ਉਹ ਧੋਪੈ ਨਵੇਂ ਕਰਾਂ। ਪਰ ਜਿਹੜੀ ਗੱਲ ਉਸ ਫਕੀਰ ਨੇ ਆਖੀ ਉਹ ਆਪਣੀ ਥਾਂ ਤੇ ਇੱਕ ਮਿਆਰ ਰੱਖਦੀ ਸੀ, ਉਹੀ ਗੱਲ ਬਣੀ ਥੋੜ੍ਹ ਤੋਂ ਪਾ ਗਈ ਮਾਟੀ ਕਾ ਕਿਆ ਧੋਪੈ ਸੋਮੀ, ਮਨਸ ਕੀ ਗੱਤ ਇਹੀ। ਕਹਿਣ ਲੱਗਾ
ਵਾਲੇ ਹੋ ਜਦੋਂ ਤੁਸੀਂ ਚਲੇ ਗਏ ਮੈਨੂੰ ਆਖ ਕੇ ਕਿ ਖੁਦਾ ਦੇ ਘਰ ਵਿੱਚ ਮਿੱਟੀ ਚੰਗੀ ਨਹੀਂ ਲੱਗਦੀ। ਮੈਂ ਚਾਰ ਚਫੇਰੇ ਨਿਗਾਹ ਮਾਰੀ ਅਤੇ ਸਭ ਤੋਂ ਮਾੜੀ ਮਿੱਟੀ ਮੈਂ ਆਪ ਖੁਦ ਸਮਝ ਆਖਿਆ ਮੈਂ ਛੱਡ ਜਾਵਾਂ, ਮੈਨੂੰ ਕੋਈ ਹੱਕ ਨਹੀਂ ਖੁਦਾ ਦੇ ਘਰ ਵਿੱਚ ਰਹਿਣ ਦਾ ਜਿੰਨੀ ਦੇਰ ਮੈਂ ਆਪਣੇ ਆਪ ਨੂੰ ਪਵਿੱਤਰ ਨਹੀਂ ਕਰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਸਲੋਕ ਪੜ੍ਹਿਓ, ਕਹਿਣ ਲੱਗੇ ਜੇ ਮੇਰੇ ਨੇੜੇ ਹੋਣਾ ਚਾਹੁੰਦਾ, ਜੇ ਮੇਰੀ ਗਲਵਕੜੀ ਵਿੱਚ ਆਉਣਾ ਚਾਹੁੰਦਾ ਤਾਂ ਤੈਨੂੰ ਪਹਿਲਾਂ ਆਪਣੇ ਆਪ ਨੂੰ ਸੰਵਾਰਨਾ ਪਏਗਾ। ਉਹ ਤਾਂ ਨਿਰਮਲ ਹੈ, ਨਿਰਮਲ ਨਿਰਮਲ ਸੁੱਚਾ। ਤੇ ਅਸੀਂ ਇੱਕ ਦਿਨ ਚਿੱਟੇ ਕੱਪੜੇ ਪਾਏ ਹੋਣ ਤੇ ਕਿਸੇ ਮੈਲੀ ਚੀਜ਼ ਨੂੰ ਹੱਥ ਨਹੀਂ ਲਾਉਂਦੇ, ਕਿਤੇ ਦਾਗ ਨਾ ਪੈ ਜਾਏ, ਕਿਉਂਕਿ ਮੇਰੇ ਕੱਪੜੇ ਚਿੱਟੇ ਨੇ। ਮਾਲਕ ਜਿਹੜਾ ਨਿਰਮਲ ਹੈ ਤੇ ਦਿਨ ਰਾਤ ਨਿਰਮਲ ਹੈ, ਜਿਹਨੂੰ ਕਦੀ ਮੈਲ ਲੱਗੀ ਨਹੀਂ, ਗੁਰੂ ਕਹਿੰਦੇ ਨੇ ਸਾਚ ਨਾ ਲੱਗੇ ਮੈਲ ਕਿਆ ਮਰਦ ਹੋਈਏ। ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪਾਠੀ, ਮੈਲਡੀ ਨਹੀਂ ਹੁੰਦਾ ਫਟਦਾ ਵੀ ਨਹੀਂ ਪੁਰਾਣਾ ਵੀ ਨਹੀਂ ਹੁੰਦਾ। ਤੇ ਕਹਿੰਦੇ ਜੇ ਉਹ ਇੰਨਾ ਨਿਰਮਲ ਹੈ ਤੇ ਉਹ ਕਿਸੇ ਮੈਲੇ ਨੂੰ ਆਪਣੀ ਗਲਵਕੜੀ ਵਿੱਚ ਲੈ ਸਕਦਾ ਹੈ ਕਿ ਗੁਨਾਹਗਾਰ ਜਿੰਨੇ ਮਰਜ਼ੀ ਨੂੰ ਪਿਛਲੇ ਦਿਨ ਤੇ ਮੈਲ ਕੀਤੀ ਸੀ ਨਾ। ਕਿਹੜੀ ਅਜੀਬ ਗੱਲ ਹੈ ਜੇ ਸਾਡੇ ਵਿੱਚੋਂ ਕਿਸੇ ਸੰਪਰਦਾ ਨੇ ਇਹ ਲਿਖ ਦਿੱਤਾ ਕਿ ਜੇ ਅੰਮ੍ਰਿਤ ਛਕ ਲੈ 10,000 ਵਾਰਾਂ ਤੱਕ ਜਿੰਨੇ ਮਰਜ਼ੀ ਪਾਪ ਕਰ ਲਵੇ ਨਰਕ ਵਿੱਚ ਨਹੀਂ ਪੈਣ ਦਿੱਤਾ ਜਾਏਗਾ, ਗੁਰੂ ਉਸ ਨੂੰ ਪਾਪਾ ਨਾਲ ਤੇਰਾ ਸੰਬੰਧ ਹੋ ਸਕਦਾ ਹੈ, ਪਾਪਾ ਨਾਲ ਗੁਰੂ ਦਾ ਸੰਬੰਧ ਨਹੀਂ ਹੋ ਸਕਦਾ। ਪਾਪਾ ਨਾਲ ਉਸ ਮਹਿਲ ਨਾਲ ਤੇਰਾ ਕੋਈ ਰਿਸ਼ਤਾ ਹੋ ਸਕਦਾ ਹੈ, ਉਸ ਮਹਿਲ ਨਾਲ ਮੇਰੇ ਗੁਰੂ ਦਾ ਮੇਰੇ ਰੱਬ ਦਾ ਰਿਸ਼ਤਾ ਨਹੀਂ ਹੋ ਸਕਦਾ। ਉਸ ਫਕੀਰ ਨੇ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗਾ ਜਦੋਂ ਤੁਸੀਂ ਚਲੇ ਗਏ ਮੈਂ ਸੋਚੀ ਪੈ ਗਿਆ ਮੇਰੇ ਤੋਂ ਮਾੜੀ ਮਿੱਟੀ ਹੋਰ ਕੋਈ ਨਹੀਂ ਹੋ ਸਕਦੀ, ਇਸ ਲਈ ਮੈਂ ਕਿਸੇ ਹੋਰ ਮਿੱਟੀ ਨੂੰ ਕੱਢਦਾ ਕਿ ਤਾਂ ਇਹ ਸੋਚਾਂਗਾ ਨਾ ਵੀ ਇਹ ਮਿੱਟੀ ਹੈ ਮੈਂ ਨਹੀਂ, ਇਹ ਮੈਲ ਹੈ ਮੈਂ ਨਹੀਂ। ਤੇ ਜਦੋਂ ਮੈਂ ਇਸ ਨਜ਼ਰੀਏ ਨਾਲ ਦੇਖਾਂਗਾ ਕਿ ਇਸ ਤੋਂ ਮਾੜੀ ਮਿੱਟੀ ਮੇਰੇ ਜੀਵਨ ਦੀ, ਮੇਰਾ ਮੈਂ ਤਨ ਮੈਲਾ ਹੈ, ਮੇਰਾ ਜੀਵਨ ਮੈਲਾ ਹੈ, ਤੇ ਫਿਰ ਮੈਨੂੰ ਸੋਚਣਾ ਪਏਗਾ ਆਹ ਮਿੱਟੀ ਨਹੀਂ ਮੈਂ ਆਪਣੀ ਮਿੱਟੀ ਕੱਢ ਦਿਆ। ਇਸ ਲਈ ਖੁਦਾ ਦੇ ਪਵਿੱਤਰ ਘਰ ਵਿੱਚ ਮੇਰੇ ਵਰਗੀ ਗੁਨਾਹਾਂ ਦੀ ਮਿੱਟੀ ਨਹੀਂ ਹੋਣੀ ਚਾਹੀਦੀ, ਤਾਂ ਛੱਡ ਗਿਆ। ਸ਼ੇਖ ਸਾਹਿਬ ਜੀ ਨੇ ਲਿਖਿਆ ਕਹਿੰਦਾ ਇਹ ਹੈ ਸੋਚ, ਇਹ ਹੈ ਵਿਚਾਰ ਜਦੋਂ ਹੋਂ ਖਤਮ ਹੋਈ। ਅੱਜ ਬਾਬਾ ਕਬੀਰ ਜੀ ਦੇ ਵੀ ਇਹੋ ਵਧਾਏ ਕਹਿਣ ਲੱਗੇ ਜਦੋਂ ਅੰਦਰੋਂ ਜੀਵਤ ਮ੍ਰਿਤਕ ਹੋਏ ਦੀ ਹਾਲਤ ਪਹੁੰਚਦੀ ਹੈ ਨਾ, ਅੰਦਰ ਬੈਠੀ ਹੋਈ ਹੋਂਦ ਮਰਦੀ ਹੈ, ਮਨ ਮਰਦਾ ਹੈ, ਉਸ ਵੇਲੇ ਮਨੁੱਖ ਦੇ ਵਿਚਾਰ ਬਦਲਦੇ ਨੇ। ਤੇ ਵਿਚਾਰ ਕੀ ਬਦਲਦੇ ਨੇ? ਉਹ ਇਹ ਕਿ ਕਬੀਰ ਸਭ ਤੇ ਹਮ ਹੋਰੇ, ਹਮ ਤਜ ਬਦਲ ਸਭ ਕੋਏ,
ਜਿਨ ਐਸਾ ਕਰ ਬੁਝਿਆ ਮੀਤ ਹਮਾਰਾ ਸੋ। ਕਹਿਣ ਲੱਗੇ ਇਹ ਗੱਲ ਬੁੱਝਣ ਵਾਲੀ ਹੈ, ਇਹ ਗੱਲ ਜਾਣਨ ਵਾਲੀ ਹੈ। ਇਹਦੇ ਵਿੱਚ ਵੀ ਉਹੋ ਹੀ ਸਵਾਲ ਖੜਾ ਹੈ ਜਿਹੜਾ ਪਹਿਲੇ ਬਾਬਾ ਕਬੀਰ ਜੀ ਦੇ ਸਲੋਕ ਵਿੱਚ ਆ ਚੁੱਕਾ ਹੈ ਕਿ ਜੀਵਤ ਮ੍ਰਿਤਕ ਹੋਏ। ਉਹੋ ਸਵਾਲ ਇਹਦੇ ਵਿੱਚ ਹੈ ਕਿ ਤੂੰ ਇਹ ਸੋਚ ਲਵੇਂ ਕਿ ਮੇਰੀ ਹੋਂਦ ਖਤਮ ਹੋ ਗਈ, ਹੁਣ ਚਲੀ ਜਾ, ਹੁਣ ਅਗਲੇ ਪਾਸੇ ਆ ਗਏ। ਕਹਿਣ ਲੱਗੇ ਪਰ ਇਹ ਗੱਲ ਹੈ ਮੁਸ਼ਕਲ ਬੁੱਝਣ ਦੀ, ਸਮਝਣ ਦੀ ਲੋੜ ਕਿਉਂ ਹੈ? ਕਿਉਂਕਿ ਕਹਿੰਦੇ ਨੇ ਇਹ ਗੱਲ ਕੋਈ ਆਸਾਨ ਨਹੀਂ। ਹਾਂ, ਅੰਦਰੋਂ ਮਾਰ ਲੈਣੀ ਕੋਈ ਆਸਾਨ ਨਹੀਂ। ਅਗਲੀ ਲਾਈਨ ਪੜ੍ਹੇ, ਕਹਿਣ ਲੱਗੇ ਬਦਲ ਕੇ ਪਤਾ ਨਹੀਂ ਕਿਸ ਰੂਪ ਵਿੱਚ ਆ ਜਾਂਦੀ। ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਇੱਕ ਥਾਂ ਇੱਕ ਸ਼ਬਦ ਆਇਆ, ਉਹਦੇ ਵਿੱਚ ਕਹਿੰਦੇ ਨੇ ਜੇ ਬਸਾ ਲੈ ਤਹਿ ਨਾਲੇ ਬੈਸੇ, ਜਿੱਥੇ ਮੈਂ ਜਾਵਾਂ ਉੱਥੇ ਚਲੀ ਜਾਂਦੀ, ਜਿੱਥੇ ਮੈਂ ਜਾ ਕੇ ਬੈਠਾ ਸਗਲ ਭਵਨ ਮੈਂ ਸਬਲ ਪ੍ਰਵੇਸ਼ ਹੈ। ਸਗਲ ਦਾ ਮਤਲਬ ਸਾਰੇ ਭਵਨਾਂ ਵਿੱਚ, ਹਰ ਥਾਂ ਤੇ, ਹਰ ਟਿਕਾਣੇ ਤੇ। ਈਵਨ ਜੇ ਮੈਂ ਗੁਰਦੁਆਰੇ ਜਾਣਾ ਉੱਥੇ ਵੀ ਪਹੁੰਚ ਜਾਂਦੀ, ਜੇ ਮੈਂ ਕਿਸੇ ਜਿਹੜੇ ਜਾਣਾ ਉੱਥੇ ਵੀ ਜਾਂਦੀ, ਜੇ ਮੈਂ ਤੜਕੇ 3 ਵਜੇ ਉੱਠਣਾ ਤੇ ਤਦ ਵੀ ਆ ਜਾਂਦੀ। ਮੈਂ ਗੁਆਂਢੀ ਦਾ ਘਰ ਵੇਖਣ ਲੱਗ ਪੈਣਾ, ਅਜੇ ਉਹਦੀ ਲਾਈਟ ਨਹੀਂ ਜਗੀ, ਉਹ ਸੁੱਤਾ ਪਿਆ, ਮੈਂ ਜਾਗ ਪਿਆ, ਮੈਂ ਉੱਠਿਆ ਸਾਂ 3:30 ਵਜੇ। ਇਹ ਅੰਮ੍ਰਿਤ ਵੇਲਾ, ਇਹ ਇਕਾਗਰਤਾ ਮਿਲੇਗੀ, ਪਰ ਇਹ ਤਾਂ ਨਾਲ ਹੀ ਉੱਠ ਖਲੋਤੀ। ਸਗਲ ਭਵਨ ਮੈਂ ਸਬਲ, ਸਬਲ ਦਾ ਮਤਲਬ ਹੈ ਸਹਿਤ ਬਲ। ਇੰਨੀ ਸ਼ਕਤੀਸ਼ਾਲੀ ਹੈ ਕਿ ਹਰ ਥਾਂ ਤੇ ਆਪਣੇ ਬਲ ਤੇ ਆਪਣੀ ਸ਼ਕਤੀ ਨਾਲ ਪਹੁੰਚ ਜਾਂਦੀ ਹੈ। ਜੇ ਮੈਂ ਸੇਵਾ ਕਰਨ ਹੱਥ ਵਿੱਚ ਆਗੂ ਫੜਨਾ, ਮੈਂ ਸੋਚਣਾ ਕਰੇ ਨਿਮਰਤਾ ਆ ਜਾਏਗੀ। ਜੇ ਮੈਂ ਗੁਰਦੁਆਰੇ ਜੋੜੇ ਝੜਨਾ, ਸੋਚਣਾ ਨਿਮਰਤਾ ਆ ਜਾਏਗੀ, ਪਰ ਨਾਲ ਹੀ ਹਉਮੈ ਆ ਜਾਂਦੀ ਹੈ, ਮੇਰੇ ਵਰਗਾ ਸੇਵਾਦਾਰ ਕੋਈ ਨਹੀਂ। ਜੇ ਮੈਂ ਝਾੜੂ ਫੇਰਨਾ ਤਾਂ ਸੋਚਣਾ ਮੈਨੂੰ ਕੋਈ ਦੇਖਣਾ, ਕਿਸੇ ਨੇ ਦੇਖਿਆ ਮੈਨੂੰ ਝਾੜੂ ਫੇਰਦੀ, ਉਹਨੂੰ ਪਤਾ ਤਾਂ ਲੱਗ ਜਾਏ ਨਾ ਮੈਂ ਵੀ ਗੁਰਦੁਆਰੇ ਝਾੜੂ ਫੇਰਦਾ। ਜੇ ਮੈਂ ਜੋੜੇ ਝਾੜੇ ਨੇ, ਕਿਸੇ ਨੂੰ ਪਤਾ ਲੱਗ ਗਿਆ ਜੇ ਮੈਂ ਗੁਰਦੁਆਰੇ ਜੋੜੇ ਝਾੜਨਾ, ਹੋ ਕੀ ਹੈ? ਹਾਲਾਂਕਿ ਗੁਰੂ ਨੇ ਬਾਣੀ ਵਿੱਚ ਇੱਕ ਫੈਸਲਾ ਦੇ ਦਿੱਤਾ, ਕਹਿਣ ਲੱਗੇ ਰੱਬ ਨਾਲ ਨੇੜਤਾ ਪੈਦਾ ਹੀ ਨਹੀਂ ਹੋ ਸਕਦੀ, ਹਉ ਤੇ ਹਰੀ ਦੋ ਇਕੱਠੇ ਨਹੀਂ ਰਹਿ ਸਕਦੇ। ਗੁਰੂ ਕਹਿੰਦੇ ਕਰੀ ਵੈਸੇ
ਅਸੀਂ ਇੱਕ ਥਾਂ ਤੇ ਨਹੀਂ ਰਹਿ ਸਕਦੇ। ਬਲਕਿ ਮੈਂ ਇੱਕ ਵਾਰ ਕੀਤੀ ਸੀ, ਕਿੰਨੀ ਸਬਲ ਹੈ, ਸਬਲ ਦਾ ਮਤਲਬ ਬਲਵਾਨ ਹੈ, ਸ਼ਕਤੀਸ਼ਾਲੀ ਹੈ, ਇੰਨੀ ਸ਼ਕਤੀਸ਼ਾਲੀ ਹੈ ਕਿ ਜੇ ਰੱਬ ਨੇ ਅੰਦਰ ਆਉਣਾ ਹੋਵੇ, ਹਰੀ ਨੇ ਅੰਦਰ ਆਉਣਾ ਹੋਵੇ, ਉਹ ਕਹਿੰਦਾ ਪਹਿਲਾਂ ਹਰੀ ਹਾਂ ਕੱਢ। ਜਿੰਨੀ ਦੇਰ ਹਾਂ ਅੰਦਰ ਹੈ ਨਾ, ਮੈਂ ਨਹੀਂ ਆ ਸਕਦਾ, ਮੇਰੀ ਥਾਂ ਨਹੀਂ ਬਣ ਗਈ। ਪਹਿਲਾਂ ਹਾਂ ਕੱਢ, ਹਾਂ ਹਾਂ ਮੈਂ ਵਿੱਚੋਂ ਖੋ ਗਏ ਗੁਰਬਾਣੀ, ਪਹਿਲਾਂ ਹਾਂ ਕੱਢ, ਹਾਂ ਹਾਂ ਮੈਂ ਵਿੱਚੋਂ ਖੋਵੇ, ਤਾਂ ਫਿਰ ਇਸ ਤੋਂ ਬਾਅਦ ਹੈ ਦੂਜਾ ਮੇਟੇ ਇੱਕ ਹੋਵੇ, ਤਾਂ ਤੇਰਾ ਉਹਦੇ ਨਾਲ ਰਿਸ਼ਤਾ ਪੈਦਾ ਹੋਏਗਾ। ਰੱਬ ਆਖਦਾ, ਹਰੀ ਆਖਦਾ, ਪਹਿਲਾਂ ਹਾਂ ਅੰਦਰੋਂ ਕੱਢ ਫਿਰ ਆਵਾਂਗਾ। ਪਰ ਹਾਂ ਕਿਹੜੀ ਸ਼ਕਤੀਸ਼ਾਲੀ, ਕੋਈ ਸ਼ਰਤ ਨਹੀਂ ਲਾਉਂਦਾ। ਉਹ ਕਹਿੰਦੇ ਤੂੰ ਹਰੀ ਹਰੀ ਕਰੀ ਚੱਲ, ਤੂੰ ਮਾਰਾ ਫਿਰੀ ਚੱਲ, ਮੈਂ ਆਪੇ ਹੀ ਆ ਜਾਵਾਂਗੀ। ਮੈਂ ਹੱਥ ਵਿੱਚ ਮਾਰਾ ਫੰਗ ਵਿਖਾ ਕੇ ਕਹਿਣ ਜੋਗੀ ਬਣਾ ਦੀ ਆ ਵੇਖਾ, ਮੈਂ ਮਾਰਾ ਫਿਰਨਾ, ਮੈਂ ਨਾਮ ਜਪਣ ਵਾਲਾ ਕਿਹੜੀ ਅਜੀਬ ਗੱਲ ਹੈ। ਹਰੀ ਤਾਂ ਕਹਿੰਦਾ ਪਹਿਲਾਂ ਹਾਂ ਕੱਢ ਫਿਰ ਆਵਾਂਗਾ, ਪਰ ਹਾਂ ਸ਼ਕਤੀਸ਼ਾਲੀ ਕਹਿੰਦੇ ਨੇ ਤੂੰ ਹਰੀ ਨੂੰ ਰੱਖ ਲੈ ਅੰਦਰ, ਹਰੀ ਹਰੀ ਕਹੀ ਚੱਲ, ਮੈਂ ਆਪੇ ਹੀ ਆ ਜਾਵਾਂਗਾ। ਸ਼ਕਤੀਸ਼ਾਲੀ ਸਗਲ ਭਵਨਮ ਹੈ, ਸਬਲ ਪਰਵੇਸ਼ ਹੈ, ਹਰ ਥਾਂ ਤੇ ਪ੍ਰਵੇਸ਼ ਕਰ ਜਾਂਦੀ ਹੈ। ਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ ਇਹ ਜੁਗਤ ਜਾਣਨ ਦੀ ਲੋੜ ਹੈ। ਉਹ ਜੁਗਤ ਇਹ ਕਹਿਣ ਲੱਗੇ ਕਿ ਤੈਨੂੰ ਪਤਾ ਲੱਗ ਜਾਏ ਕਿਸ ਭੇਸ ਵਿੱਚ ਆ ਰਹੀ ਹੈ। ਇਹ ਬੜੇ ਭੇਸ ਬਦਲਦੀ ਗੁਰਬਾਣੀ ਕਹਿੰਦੀ, ਸਾਧੂ ਦੇ ਭੇਸ ਵਿੱਚ ਵੀ ਹਾਂ ਆ ਗਈ, ਭਗਤ ਦੇ ਭੇਸ ਵਿੱਚ ਵੀ ਹਾਂ ਆ ਗਈ, ਦਾਨੀ ਦਾਨ ਕਰ ਰਿਹਾ ਸੀ ਉਹਦੇ ਭੇਸ ਵਿੱਚ ਵੀ ਹਾਂ ਆ ਗਈ, ਮਿੱਠ ਬੋਲੜਾ ਚੰਗੇ ਚੰਗੇ ਬਚਨ ਕਰ ਰਿਹਾ ਸੀ ਉਹਦੇ ਵਿੱਚ ਵੀ ਹਾਂ ਆ ਗਈ। ਹਾਂ ਦਾ ਤਾਂ ਪਤਾ ਹੀ ਕੋਈ ਨੀ, ਕਿਸੇ ਲਈ ਗੁਰੂ ਨੇ ਕਹਿ ਦਿੱਤਾ, ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਇਹੀ ਬੰਧਨਾ ਫਿਰ ਫਿਰ ਜੋਨੀ ਪਾਏ, ਹਉਮੈ ਕਿੱਥੋਂ ਉਪਜੈ ਕਿਤ ਸੰਜਮ ਇਹ ਜਾਏ, ਹਉਮੈ ਇਹੋ ਹੁਕਮ ਹੈ ਪੈ ਕਿਰਤ ਫਿਰ ਆਏ, ਹਉਮੈ ਦੀਰਘ ਰੋਗ ਹੈ। ਬੜਾ ਬੜਾ ਸਾਧ ਰੋਗ ਹੈ ਜਿੰਦਾ ਇਲਾਜ ਹੀ ਕਰਨਾ ਬੜਾ ਔਖਾ ਹੈ। ਹਉਮੈ ਇਹੋ ਹੁਕਮ ਹੈ ਪੈ ਕਿਰਤ ਫਿਰ ਆਏ, ਹਉਮੈ ਦੀਰਘ ਰੋਗ ਹੈ ਦਾਰੂ ਵੀ ਸਮਾਏ। ਕਹਿਣ ਲੱਗੇ ਇੱਕੋ ਹੀ ਤਰੀਕਾ ਹੈ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਲਓ ਆਹ ਇੱਕ ਤਰੀਕਾ ਹੈ, ਇਹਨੂੰ ਕਹਿੰਦੇ ਨੇ ਬੁੱਝਣਾ ਜਾਣਨਾ।
ਜਿਹੜਾ ਗੁਰੂ ਦਾ ਸ਼ਬਦ ਨਹੀਂ ਪਛਾਣਦਾ, ਵਿਸ਼ਵਾਸ ਕਰੋ, ਉਹ ਭਾਵੇਂ ਮਾਲਾ ਫੇਰ ਰਿਹਾ ਹੋਵੇ, ਭਾਵੇਂ ਸਮਾਧੀਆਂ ਲਾ ਰਿਹਾ ਹੋਵੇ, ਭਾਵੇਂ ਅਖੰਡ ਪਾਠ ਕਰ ਕਰਾ ਰਿਹਾ ਹੋਵੇ, ਭਾਵੇਂ ਸਟੇਜਾਂ 'ਤੇ ਪ੍ਰਚਾਰ ਕਰ ਰਿਹਾ ਹੋਵੇ, ਜਿੱਥੇ ਗੁਰੂ ਸ਼ਬਦ ਦੀ ਵਿਚਾਰ ਨਹੀਂ ਉੱਥੇ ਉਹਦੇ ਵਿੱਚ ਹੋਣ ਆਪਣੇ ਆਪ ਪ੍ਰਵਿਰਤ ਹੋ ਜਾਂਦੀ ਹੈ। ਗੁਰੂ ਨੇ ਵੀ ਇਹੋ ਗੱਲ ਆਖੀ, ਬਾਬਾ ਕਬੀਰ ਜੀ ਨੇ ਵੀ ਇਹੋ ਗੱਲ ਆਖੀ। ਪਰ ਪਤਾ ਜੀ ਮੈਨੂੰ ਕਿਵੇਂ ਬਚਾਇਆ ਮੇਰੇ ਗੁਰੂ ਨੇ, ਹਮ ਰੱਖੇ ਗੁਰ ਆਪਣੇ। ਮੇਰੇ ਗੁਰੂ ਨੇ ਮੈਨੂੰ ਇਸ ਹਾਂ ਤੋਂ ਬਚਾਇਆ, ਆਪਣੇ ਤੋਂ ਆਈ ਸੀ ਆਖੀ ਜੀ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਗੁਰੂ ਨੇ ਬਚਾਇਆ। ਕਹਿਣ ਲੱਗੇ ਨਾਨਕ ਕਹਿ ਸੁਣੋ ਜਣੋ ਇਤ ਸੰਯਮ ਦੁੱਖ ਜਾਏ। ਗੁਰੂ ਦਾ ਸ਼ਬਦ ਹੀ ਮਨੁੱਖ ਨੂੰ ਬਚਾ ਸਕਦਾ ਹੈ ਇਸ ਹਉਮੈ ਤੋਂ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਨਹੀਂ ਸਮਝਦਾ ਉਹ ਤਾਂ ਨਿਰਾ ਪੜ੍ਹਨ ਵਾਲਾ ਨਿਤਨੇਮ ਅਤੇ ਆਪਣੀਆਂ ਬਾਣੀਆਂ ਦੇ ਪਾਠ ਵਿੱਚ ਵੀ ਹਉਮੈ ਪੈਦਾ ਕਰ ਲੈਂਦਾ। ਇਹ ਪੰਜ ਬਾਣੀਆਂ ਦਾ ਕਰਦਾ, ਮੈਂ ਸੱਤ ਬਾਣੀਆਂ ਦਾ ਕਰਨਾ। ਅੱਜ ਵੀ ਬੜੇ ਫਖਰ ਨਾਲ ਨਾਮ ਲੈ ਕੇ ਆਖਦੇ ਫਲਾਣੇ ਜੀ ਪੰਜੀ 101 ਜਪਜੀ ਸਾਹਿਬ ਦੇ ਪਾਠ ਰੋਜ਼ ਕਰਦਾ ਸੀ। ਵਿੱਚੇ 101 ਜਪਜੀ ਸਾਹਿਬ ਦੇ ਪਾਠ ਰੋਜ਼ ਕਰਦਾ ਸੀ ਤਾਂ ਕਿਵੇਂ ਕਰਦਾ ਸੀ? ਅੱਜ ਦਾ ਸਮਾਂ ਪੜ੍ਹਿਆ ਲਿਖਿਆ, ਇੱਕ ਜਪਜੀ ਸਾਹਿਬ ਦਾ ਪਾਠ ਜੇ ਸ਼ਰਧਾਲੂ ਰੂਪ ਵਿੱਚ ਬੜੇ ਸਹਿਜ ਨਾਲ ਕਰੋ ਤਾਂ 15 ਮਿੰਟ ਲੱਗਦੇ ਨੇ। ਠੀਕ ਠੀਕ। ਅਤੇ ਜੇ ਥੋੜ੍ਹਾ ਤੇਜ਼ੀ ਨਾਲ ਕਰੋ ਤਾਂ 10 ਮਿੰਟ ਲੱਗਦੇ ਨੇ। ਅਤੇ ਜੇ ਭਲਾ 101 ਕਰਨਾ ਹੋਵੇ ਤਾਂ ਕਿੰਨੇ ਘੰਟੇ ਲੱਗਦੇ ਨੇ? ਅਤੇ 24 ਘੰਟੇ ਜੇ ਮਿਣੀਏ ਤਾਂ ਬਾਕੀ ਇਸ਼ਨਾਨ ਕਰਨ ਦਾ, ਜਲ ਪਾਣੀ ਛਕਣ ਦਾ, ਆਰਾਮ ਕਰਨ ਦਾ, 101 ਪਾਠ ਕਰਨ ਦਾ, ਇਹ ਵੀ ਇੱਕ ਹਉਮੈ ਬਣਾ ਲਈ। ਆਊਟਲਿਫਟੀ ਰੂਪ 'ਚ ਆ ਰਿਹਾ ਫੇਸਬੁੱਕ ਉੱਪਰ, ਤੁਸੀਂ ਇਹਨਾਂ ਨੂੰ ਲਿਖਤੀ ਰੂਪ 'ਚ ਆ ਰਿਹਾ ਫਲਾਣਾ ਜੀ ਮਹਾਂਪੁਰਸ਼ 101 ਜਪਜੀ ਸਾਹਿਬ ਦਾ ਪਾਠ ਰੋਜ਼ ਕਰਦਾ ਸੀ, ਇਹ ਵੀ ਇੱਕ ਹਉਮੈ ਬਣ ਗਈ। ਗੁਰੂ ਕਹਿੰਦੇ ਨੇ ਭਰਿਆ ਜੇ ਉਹ ਕਦੀ ਜਪਜੀ ਸਾਹਿਬ ਸਮਝ ਲਏ 101 ਨਾ ਕਰੇ, ਉਹਦੀ ਇੱਕ ਪੌੜੀ ਸਮਝ ਲਏ ਤਾਂ ਇੱਕ ਪੌੜੀ ਬੜੀ ਖੂਬਸੂਰਤ ਗੱਲ ਦਾ ਜਵਾਬ ਦਿੰਦੀ ਹੈ। ਉਹ ਕਹਿੰਦੇ ਨੇ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਏ। ਜੇ ਤੂੰ ਹੁਕਮ ਬੁਝ ਲੈ, ਇੱਕੋ ਹੀ ਲਾਈਨ ਵਿੱਚ ਸਾਰਾ ਫੈਸਲਾ ਦੇ ਦਿੱਤਾ। ਕਹਿਣ ਲੱਗੇ ਜੇ ਤੂੰ ਹੁਕਮ ਬੁਝ ਲੈ ਤਾਂ ਫਿਰ ਕੋਈ ਹੋ ਨਹੀਂ ਆਵੇਗੀ ਕਿ ਮੈਂ 101 ਸਹਿਜ ਜਪਜੀ ਸਾਹਿਬ ਦਾ ਪਾਠ ਕਰਨਾ, ਨਹੀਂ ਤਾਂ ਜਪਜੀ ਸਾਹਿਬ ਵਿੱਚ ਵੀ ਹੋ ਆ ਜਾਏਗੀ। ਅਤੇ ਗੁਰੂ ਨੇ, ਬਾਬਾ ਕਬੀਰ ਜੀ ਨੇ ਵੀ ਇਹੋ ਗੱਲ ਆਖੀ। ਕਹਿਣ ਲੱਗੇ ਕਬੀਰ ਆਈ ਮੁਝੇ
ਆਦੇਸ਼ ਕੀ ਹੈ? ਨਮਸਕਾਰ। ਕਹਿਣ ਲੱਗੇ ਮੈਨੂੰ ਗੁਰੂ ਨੇ ਰੱਖ ਲਿਆ, ਹੁਣ ਤੇ ਹਾਂ ਵੀ ਨਮਸਕਾਰ ਕਰ। ਉਹ ਵੀ ਨਿਮਰਤਾ ਵਿਚਾਰ ਦੀ, ਗੁਰੂ ਨੇ ਰਹਿਮਤ ਕਰਕੇ ਹਾਂ ਨੂੰ ਨਿਮਰਤਾ ਵਿੱਚ ਬਦਲ ਦਿੱਤਾ। ਕਹਿਣ ਲੱਗੇ ਜੀਵਨ ਦੇ ਨਾਲ ਨਾਲ ਤੁਰ ਰਹੀ ਹੈ। ਬਲਕਿ ਇੱਕ ਵਾਰ ਮੈਂ ਅਰਜ਼ ਕੀਤੀ ਸੀ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਹ ਗੱਲ ਕਿਉਂ ਆਖੀ ਕਿ ਸਾਧੋ ਮਨ ਕਾ ਮਾਨ ਤਿਆਗੋ? ਮੈਂ ਹੈਰਾਨ ਹੋ ਗਿਆ। ਹੈ ਮਨ ਦਾ ਮਾਨ ਭਾਵ ਹੋ ਤਿਆਗਣ ਲਈ ਆਖ ਕਿਹਨੂੰ ਰਹੇ ਨੇ? ਅਜੀਬ ਗੱਲ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਦਾ ਸ਼ਬਦ ਹੈ, ਮਨ ਦਾ ਮਾਣ ਤਿਆਗਣ ਲਈ ਕਿਹਨੂੰ ਆਖ ਰਹੇ ਨੇ? ਸਾਧ ਨੂੰ। ਇਹਦਾ ਮਤਲਬ ਸਾਧ ਨੂੰ ਮਾਣ ਜ਼ਿਆਦਾ ਹੁੰਦਾ ਹੈ। ਫੈਸਲਾ ਬਾਣੀ ਦਾ ਕਹਿੰਦੇ ਸਾਧੋ ਮਨ ਕਾ ਮਾਣ ਤਿਆਗੋ, ਇਹਦਾ ਮਤਲਬ ਹਾਂ ਜਿਹੜੀ ਹੈ ਉਹ ਸਾਧ ਦੇ ਹਿਰਦੇ ਵਿੱਚ ਜ਼ਿਆਦਾ ਹੁੰਦੀ। ਇਸ ਲਈ ਗੁਰੂ ਕਹਿੰਦਾ ਬੜੀ ਬਲਵਾਨ ਹੈ, ਇਹ ਤਾਂ ਚੈਲੰਜ ਕਰਦੀ ਹੈ, ਤੂੰ ਹਰੀ ਹਰੀ ਕਈ ਚਾਲ ਮੈਂ ਆਪੇ ਆ ਜਾਵਾਂਗੀ। ਹਰੀ ਨੂੰ ਤਾਂ ਆਖਣਾ ਪੈਂਦਾ ਇਹਨੂੰ ਕੱਢ ਫਿਰ ਆਵਾਂਗਾ, ਪਰ ਇਹ ਕਹਿੰਦੀ ਬੇਸ਼ੱਕ ਤੂੰ ਹਰੀ ਹਰੀ ਕਈ ਚਾਲ ਮੈਂ ਆਪੇ ਆ ਜਾਵਾਂਗੀ। ਇੰਨੀ ਬਲਵਾਨ ਹੈ, ਇਹਦੇ ਕੋਲ ਬਚਣ ਲਈ ਤਾਂ ਜ਼ਰੂਰ ਸਾਨੂੰ ਜੁਗਤੀ ਗੁਰੂ ਕੋਲੋਂ ਪੁੱਛ ਕੇ ਹੀ ਕਮਾਉਣੀ ਪਏਗੀ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੱਕਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ। ਰਾਮ ਕਲੀ ਮਹਲਾ ਤੀਜਾ।